ਸਤਿ ਸ਼੍ਰੀ ਅਕਾਲ ਡੀ ਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਪੰਜਾਬ ਪੁਲਿਸ ਹੁਣ ਪੂਰੀ ਤਰ੍ਹਾਂ ਹਾਈਟੈਕ ਹੋ ਜਾਵੇਗੀ, ਨਵੀਆਂ ਤਕਨੀਕਾਂ ਸਿੱਖੇਗੀ, ਕਿਉਂਕਿ ਪੰਜਾਬ ਪੁਲਿਸ ਅਤੇ IIT ਰੋਪੜ ਦੇ ਦਰਮਿਆਨ ਇੱਕ ਸਮਝੌਤਾ ਹੋਇਆ। ਇਸ ਸਮਝੌਤੇ ਦੇ ਤਹਿਤ IIT ਰੋਪੜ ਦੇ ਵਿੱਚ ਇੱਕ ਲੈਬ ਸਥਾਪਿਤ ਕੀਤੀ ਜਾਵੇਗੀ, ਜਿਹਦੇ ਵਿੱਚ ਜਾ ਕੇ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਪੁਲਿਸ ਦੇ ਮੁਲਾਜ਼ਮ ਅਤੇ ਅਧਿਕਾਰੀ ਜਾਣਕਾਰੀ ਹਾਸਲ ਕਰਨਗੇ। ਅਤੇ ਲੈਬ ਵੀ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨੂੰ ਲੈ ਕੇ ਸਥਾਪਿਤ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ DGP ਪੰਜਾਬ ਗੌਰਵ ਯਾਦਵ ਹੋਰਾਂ ਨੇ ਸਾਂਝੀ ਕੀਤੀ ਹੈ। ਪੰਜਾਬ ਪੁਲਿਸ ਨੇ ਆਰਟੀਫਿਸ਼ਲ ਇੰਟੈਲੀਜੈਂਸ ਡਰਿਵਨ ਮਾਡਰਨ ਪੁਲਿਸਿੰਗ ਨੂੰ ਕੰਸੈਪਚੁਲਾਈਜ਼ ਕਰਨ ਲਈ ਇੱਕ ਵੱਡਾ ਐਫਰਟ ਕੀਤਾ ਹੈ ਕਿ IIT ਰੋਪੜ ਦੇ ਨਾਲ ਪੰਜਾਬ ਪੁਲਿਸ ਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਗਿਆ ਹੈ। ਇਸ ਦੇ ਅੰਡਰ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬੋਰੇਟਰੀ ਸਟੇਟ ਆਫ ਦਾ ਆਰਟ IIT ਰੋਪੜ ਦੇ ਵਿੱਚ ਸੈੱਟ ਕੀਤੀ ਜਾਊਗੀ, ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਆਫਿਸਰਸ ਨੂੰ ਟ੍ਰੇਨ ਕੀਤਾ ਜਾਊਗਾ ਅਤੇ ਟੈਕਨੋਲੋਜੀ ਸੋਲਿਊਸ਼ਨਸ ਡਿਵੈਲਪ ਕੀਤੇ ਜਾਣਗੇ। ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵਿਜ਼ਨ ਹੈ ਕਿ ਪੰਜਾਬ ਪੁਲਿਸ ਨੂੰ ਅਪਗ੍ਰੇਡ ਕੀਤਾ ਜਾਏ, ਮਾਡਰਨਾਈਜ਼ ਕੀਤਾ ਜਾਏ। ਸੋ ਜਿਵੇਂ ਰੈਸਟ ਆਫ ਦਾ ਵਰਲਡ ਇਜ਼ ਮੂਵਿੰਗ ਟੂਵਰਡਸ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਇਟਸ ਯੂਟੀਲਾਈਜੇਸ਼ਨ, ਸੋ ਪੰਜਾਬ ਪੁਲਿਸ ਵੀ ਇਸ ਨੂੰ ਕ੍ਰਾਈਮ ਸੋਲਵਿੰਗ ਦੇ ਵਿੱਚ ਇਸ ਨੂੰ ਆਪਣੇ ਟੈਕਨੋਲੋਜੀਕਲ ਸੋਲੂਸ਼ਨਸ ਦੇ ਨੂੰ ਇਨੋਵੇਟ ਕਰਕੇ ਪ੍ਰੋਡਕਟਿਵ ਪੁਲਿਸਿੰਗ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਊਗੀ। ਹੋਰ ਡਿਫਰੈਂਟ ਏਰੀਆਜ਼ ਦੇ ਵਿੱਚ ਕਿਸ ਤਰੀਕੇ ਨਾਲ ਟੈਕਨੋਲੋਜੀ ਕੈਨ ਬੀ ਅ ਫੋਰਸ ਮਲਟੀਪਲਾਇਰ, ਇਸ ਚੀਜ਼ ਨੂੰ AI ਇਨੇਬਲਡ ਪੁਲਿਸਿੰਗ ਤੋਂ ਅੱਗੇ ਲੈ ਕੇ ਜਾਇਆ ਜਾਏਗਾ। ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਕਹਿ ਚੁੱਕੇ ਨੇ ਕਿ ਅਸੀਂ ਪੰਜਾਬ ਪੁਲਿਸ ਨੂੰ ਪੂਰਾ ਹਾਈਟੈਕ ਕਰਾਂਗੇ, ਪੰਜਾਬ ਪੁਲਿਸ ਦੇ ਹੋਰ ਨਵੀਨੀਕਰਨ ਵਾਸਤੇ ਬਹੁਤ ਜ਼ਿਆਦਾ ਅਸੀਂ ਬਜਟ ਰੱਖਿਆ ਹੋਇਆ ਅਤੇ SSF ਸੜਕ ਸੁਰੱਖਿਆ ਫੋਰਸ ਵੀ ਜਲਦ ਹੀ ਸੜਕਾਂ ਦੇ ਉੱਤੇ ਨਜ਼ਰ ਆਵੇਗੀ, ਜੋ ਹਾਦਸਿਆਂ ਦੇ ਉੱਤੇ ਨਜ਼ਰ ਰੱਖੇਗੀ। ਅਤੇ ਨਾਲ ਦੀ ਨਾਲ ਜੇਕਰ ਤੁਹਾਨੂੰ ਕੋਈ ਹਾਈਵੇ ਦੇ ਚੱਲਦੇ ਹੋਏ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਸਿੱਧਾ ਉਹਦੇ ਨਾਲ ਕਹਿੰਦੇ ਸੰਪਰਕ ਕਰ ਸਕਦੇ ਹੋ, ਤੁਹਾਡੀ ਸਹਾਇਤਾ ਵਾਸਤੇ ਇਹ SSF ਲਗਾ ਦਿੱਤੀ ਜਾਵੇਗੀ। ਤਾਂ ਕੁੱਲ ਮਿਲਾ ਕੇ ਹੁਣ ਇੱਕ ਜਿਹੜੀ ਲੈਬ ਸਥਾਪਿਤ ਹੋ ਰਹੀ ਹੈ IIT ਰੋਪੜ ਦੇ ਵਿੱਚ, ਉਹ ਵੀ ਕਾਫੀ ਲਾਹੇਵੰਦ ਸਿੱਧ ਹੋ ਸਕਦੀ ਹੈ, ਕਿਉਂਕਿ ਟੈਕਨੀਕ ਦਾ ਜ਼ਮਾਨਾ ਹੈ। IIT ਦੇ ਵਿੱਚ ਜੇਕਰ ਇਹ ਲੈਬ ਸਥਾਪਿਤ ਹੁੰਦੀ ਹੈ ਤਾਂ ਉੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਆਰਟੀਫਿਸ਼ਲ ਇੰਟੈਲੀਜੈਂਸ ਦੇ ਬਾਰੇ ਸਿੱਖਣਗੇ, ਜਿਹਦੇ ਨਾਲ ਕਈ ਕੇਸਾਂ ਦੇ ਵਿੱਚ ਮਦਦ ਮਿਲੇਗੀ, ਕਿਉਂਕਿ ਅਕਸਰ ਵਿਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੋਂ ਦੀ ਪੁਲਿਸ ਹਾਈਟੈਕ ਆ, ਹੋਰ ਤਰੀਕੇ ਦੇ ਨਾਲ ਕੰਮ ਕਰਦੀ ਹੈ, ਤਾਂ ਪੰਜਾਬ ਪੁਲਿਸ ਥੋੜ੍ਹਾ ਜਿਹਾ ਰਵਾਇਤੀ ਤਰੀਕੇ ਦੇ ਨਾਲ ਕੇਸਾਂ ਨੂੰ ਹੈਂਡਲ ਕਰਦੀ ਹੈ। ਅਤੇ ਪਰ ਹੁਣ ਜੇ ਮਸ਼ੀਨ ਲਰਨਿੰਗ ਸਿੱਖਣਗੇ ਮੁਲਾਜ਼ਮ ਅਤੇ ਪੁਲਿਸ ਅਧਿਕਾਰੀ, ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਹੋਵੇਗੀ, ਤਾਂ ਪੰਜਾਬ ਪੁਲਿਸ ਦਾ ਹਾਈਟੈਕ ਹੋਣਾ ਸੁਭਾਵਿਕ ਹੈ। ਦੇਖਣਾ ਹੋਵੇਗਾ ਕਿ ਇਹ ਕਿੰਨੀ ਕੁ ਯੋਜਨਾ ਸਹੀ ਰਹਿੰਦੀ ਹੈ, ਕਿਸ ਤਰ੍ਹਾਂ ਦੇ ਨਾਲ ਸਮਝੌਤਾ ਕਿੰਨਾ ਸਮਾਂ ਤੱਕ ਚੱਲਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ,
ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।